ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਬੀਤੀ ਰਾਤ ਥਾਣਾ ਗਰਾਇਆ ਅਧੀਨ ਪੈਂਦੇ ਪਿੰਡ ਘੁੜਕਾ ਦੇ ਇੱਕ ਵਿਅਕਤੀ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਰਾਜ ਪੁੱਤਰ ਬਚਨ ਰਾਮ ਵਾਸੀ ਪਿੰਡ ਘੁੜਕਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਰਾਤ 9 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਨੰਬਰ PB08AJ5831 ਦੇ ਸਵਾਰ ਹੋ ਕੇ ਨਕੋਦੋ ਤੋਂ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਘੁੜਕਾ ਵੱਲ ਨੂੰ ਜਾ ਰਿਹਾ ਸੀ। ਜਦ ਉਹ ਪਿੰਡ ਘੁੜਕਾ ਨਜ਼ਦੀਕ ਪੁੱਜਾ ਤਾਂ 2 ਮੋਟਰਸਾਈਕਲਾਂ 'ਤੇ ਸਵਾਰ 6 ਦੇ ਕਰੀਬ ਹਮਲਾਵਰਾਂ, ਜਿਨ੍ਹਾਂ ਵਿੱਚੋਂ 5 ਹਮਲਾਵਰਾਂ ਦੇ ਮੂੰਹ ਬੰਨੇ ਹੋਏ ਸਨ, ਨੇ ਉਸ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸਦੀ ਹਮਲਾਵਰਾਂ ਨਾਲ ਹੱਥੋਪਾਈ ਵੀ ਹੋਈ, ਜਿਸ ਤੋਂ ਬਾਅਦ ਉਸਨੇ ਖੇਤਾਂ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਅਤੇ ਆਪਣਾ ਮੋਟਰਸਾਈਕਲ ਉੱਥੇ ਹੀ ਸੁੱਟ ਦਿੱਤਾ। ਉਸਨੇ ਦੱਸਿਆ ਕਿ ਉਕਤ ਹਮਲਾਵਰ ਉਸਨੂੰ ਜਾਨੋ ਮਾਰਨ ਦੀ ਨੀਅਤ ਨਾਲ ਆਏ ਸਨ। ਉਸਨੇ ਗੁਰਾਇਆ ਪੁਲਿਸ ਪਾਸੋਂ ਮੰਗ ਕੀਤੀ ਕਿ ਉਕਤ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਮੈਂ ਬਲਦੇਵ ਰਾਜ ਵਾਸੀ ਪਿੰਡ ਘੋੜਕਾ ਦਾ ਰਹਿਣ ਵਾਲਾ, ਧਰਮ ਸਥਾਨ ਬਾਬਾ ਲਾਲ ਬਾਦਸ਼ਾਹ ਦੇ ਮੱਥਾ ਟੇਕ ਕੇ ਮੈਂ ਆ ਰਿਹਾ ਸੀ। ਰੋੜਕੇ ਤੋਂ ਜਾਂ ਘੋੜਕੇ ਦੇ ਵਿੱਚ 3 ਬੰਦਿਆਂ ਨੇ, ਮੋਟਰਸਾਈਕਲ ਸਵਾਰ ਨੇ, ਮਗਰ ਮੇਰੇ ਪਿੱਛਾ ਕੀਤਾ। ਪਿੱਛਾ ਕਰਕੇ ਉਹਨਾਂ ਨੇ ਮੇਰੇ 'ਤੇ ਦਾਤ ਨਾਲ ਹਮਲਾ ਕੀਤਾ ਇੱਕ ਵਾਰ। ਦੂਜੀ ਵਾਰ ਫਿਰ ਅੱਗੇ ਜਾ ਕੇ ਮੈਂ ਮੇਰੇ ਤੋਂ ਮੋਹਰੇ ਨਿਕਲ ਗਿਆ, ਮੈਂ ਉਹ ਤੋਂ ਅੱਗੇ ਨਿਕਲ ਗਿਆ, ਫਿਰ ਹਮਲਾ ਕੀਤਾ। ਅਤੇ ਜਦੋਂ ਉੱਥੋਂ ਅੱਗੇ 3 ਮੁੰਡੇ ਹੋਰ ਨਾਲ ਉਹਨਾਂ ਦੇ ਰਲ ਗਏ, 3 ਜਣਿਆਂ ਨੇ ਹੋਰ ਮੋਟਰਸਾਈਕਲ ਲੈ ਕੇ ਪਲਸਰ ਮੋਟਰਸਾਈਕਲ 'ਤੇ ਉਹ ਆ ਗਏ। ਉਹਨਾਂ ਨੇ ਮੋਹਰੇ ਪਿੱਛੇ ਮੋਟਰਸਾਈਕਲ ਲਾ ਕੇ ਮੈਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕੋਲੋਂ ਮੈਂ ਦਾਤ ਮੇਰੇ ਮਾਰਿਆ, ਦਾਤ ਮੈਂ ਉਹਦੇ ਦਾਤ ਖੋਹ ਲਿਆ, ਉਹਦੇ ਕੋਲੋਂ ਖੋਹ ਕੇ ਮੈਂ ਡੈਗ ਪਿਆ ਥੱਲੇ। ਡੈਗ ਕੇ ਉਹਨਾਂ ਨੇ ਮੇਰੇ 'ਤੇ ਕਿਰਪਾਨ ਦਾ ਹਮਲਾ ਕੀਤਾ ਅਤੇ ਮੈਂ ਨੱਠ ਕੇ ਅਤੇ ਵਿੱਚ ਵੜਿਆ ਫਸਲ ਦੇ ਵਿੱਚ, ਉਹਦੇ ਛਲੀਆਂ ਬੀਜੀਆਂ ਉਹਨਾਂ ਦੇ ਵਿੱਚ ਵੜਿਆ ਅਤੇ ਮੈਂ ਆਪਣੀ ਜਾਨ ਬਚਾਈ। ਤਾਂ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੜ੍ਹਾ ਕੀਤਾ, ਉਹਦੀ ਭੰਨ ਤੋੜ ਕੀਤੀ, ਵਿੱਚੋਂ ਬੈਟਰੀਆਂ ਬੁਟਰੀਆਂ ਕੱਢ ਕੇ ਸੱਟ ਗਿਆ, ਚਾਬੀਆਂ ਲੈ ਕੇ ਫਰਾਰ ਹੋ ਗਿਆ। ਅਤੇ ਬਾਅਦ ਵਿੱਚ ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ ਅਤੇ ਮੈਨੂੰ ਕੋਈ ਆ ਕੇ ਲੈ ਗਿਆ। ਕੋਈ ਲਾਗ ਡਾਟ ਵੀ ਤੁਹਾਡੇ ਜੀ? ਨਹੀਂ ਜੀ, ਲਾਗ ਡਾਟ ਕੋਈ ਨਹੀਂ ਜੀ। ਕੋਈ ਹਮਲਾ ਉਹਨੇ ਸਾਜਿਸ਼ ਸੀ, ਕੋਈ ਸਾਜਿਸ਼ ਮਤਲਬ ਕਿ ਸੋਚੇ ਸਮਝੀ ਸਾਜਿਸ਼ ਕੀਤੀ ਆ, ਰੋਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਤੇਜ਼ ਧਾਰ ਹਥਿਆਰ ਦੇ ਨਾਲ 6 ਬੰਦੇ ਸੀ ਜੀ, ਮੂੰਹ ਬੰਨੇ ਹੋਏ ਸੀ ਬਾਕੀਆਂ ਦੇ, ਇੱਕ ਦਾ ਮੂੰਹ ਨੰਗਾ ਸੀ, ਜਿਹੜਾ ਕੋਈ ਆਸ ਪਾਸ ਦਾ ਮੈਨੂੰ ਰਹਿਣੇ ਵੱਲ ਲੱਗਦਾ ਵੀ 2-4 ਪਿੰਡਾਂ ਦੇ ਵਿੱਚ ਅੱਗੇ ਸ਼ਕਲ ਸ਼ੁਕਲ ਦੇਖੀ ਆ, ਜੇ ਕਿਤੇ ਸਾਹਮਣੇ ਆਵੇ ਤਾਂ ਉਹਨੂੰ ਪਛਾਣ ਸਕਦੇ ਵੀ ਆਹ ਮੁੰਡਾ ਸੀਗਾ ਮੌਕੇ 'ਤੇ। ਜਿਹੜਾ ਮੋਟਰਸਾਈਕਲ ਸੀਗਾ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋਲ ਸਿਲਵਰ ਕਲਰ ਦਾ, ਅਤੇ ਉਹਦੇ ਪਿੱਛੇ AF ਲੱਗੀ ਸੀ, ਨੰਬਰ ਨਹੀਂ ਲੱਗਾ ਸੀ ਜੀ ਉਹਦਾ। ਅਤੇ ਉਹਨਾਂ ਬੰਦਿਆਂ ਨੇ ਹਮਲਾ ਕੀਤਾ, ਇੱਕ ਬੰਦੇ ਦਾ ਮੂੰਹ ਖੁੱਲ੍ਹਾ ਸੀ ਅਤੇ ਬਾਕੀ ਬੰਨਿਓ ਸੀ ਜੀ। ਕੀ ਮੰਗ ਕਰਦੇ ਨੇ? ਮੰਗ ਜੀ ਬਸ ਆਹੀ ਇਨਸਾਫ ਆ ਵੀ ਜਿਹੜੇ ਇੱਦਾਂ ਦੇ ਕੰਮ ਕਰਨ ਵਾਲੇ ਬੰਦੇ ਨਾਲ ਨੱਥ ਪਾਵੇ, ਉੱਥੇ ਪੁਲਿਸ ਨਾਕਾ ਲੱਗਣਾ ਚਾਹੀਦਾ, ਰੋਡ 'ਚ ਅੱਗੇ ਲੱਗਦਾ ਹੁੰਦਾ ਸੀ ਜੀ, ਹੁਣ ਮੁੜ ਕੇ ਕਦੀ ਲਾਇਆ ਨਹੀਂ। ਕੋਈ ਵੀ ਇੱਦਾਂ ਦੀ ਪੁਲਿਸ ਨੂੰ ਰਾਤ ਦਾ ਫੋਨ ਕੀਤਾ, ਇੱਥੇ ਥਾਣੇ SH ਨੂੰ ਕੀਤਾ ਵੀ ਇੱਦਾਂ ਦੀ ਗੱਲਬਾਤ, ਉਹਨੇ ਆ ਕੇ ਕੋਈ ਮੌਕਾ ਨਹੀਂ ਦੇਖਿਆ, ਹੁਣ ਅਸੀਂ ਥਾਣੇ ਆਏ ਹਾਂ, ਹੁਣ ਇਹਨਾਂ ਨੂੰ ਜਾ ਕੇ ਦੱਸਦੇ ਹਾਂ, ਬਿਆਨ ਆਪਣੇ ਲਿਖਾਉਂਦੇ ਹਾਂ ਵੀ ਆਹ ਸਾਡੇ ਨਾਲ ਘਟਨਾ ਹੋਈ, ਬਾਕੀ ਦੇਖੋ ਵੀ ਕੀ ਕਾਰਵਾਈ ਕਰਦੇ ਹਾਂ।